ਖਬਰਾਂ ਦੇ ਬੁਲੇਟਿਨ ਦੇ ਸਪான்ਸਰ ਨੇ ਰਿਆਨਟਰ ਗੁਰਜਤੇਂਦਰ ਸਿੰਘ ਰੰਦਾਵਾ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਾਸਤ੍ਰਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮਿਲ ਯੂ ਐਸ ਟੀਵੀ ਮੈਸੂਰ ਵੀ ਖਬਰਾਂ ਦੇ ਬੁਲੇਟਿਨ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੇਸ਼ਾਨ ਅੱਜ ਦੀਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਮੂਡ ਅਮਨੇ ਸਾਹਮਣੇ ਹੋਣਗੇ ਬਾਈਡਨ ਡੋਨਲਡ ਟਰੰਪ ਪ੍ਰਾਇਮਰੀ ਚੋਣਾਂ ਚ ਦੋਹਾਂ ਨੇ ਪੱਕੀ ਕੀਤੀ ਦਾਅਵੇਦਾਰੀ ਮਨੋਹਰ لال ਖੱਟੜ ਨੇ ਵਿਧਾਨ ਸਭਾ ਦੀ ਵਿਧਾਇਕੀ ਤੋਹੀ ਦਿੱਤਾ ਅਸਤੀਫਾ ਪਰਗਤ ਸਿੰਘ ਨੇ ਹਾਈ ਕਮਾਂਡ ਅੱਗੇ ਰੱਖੀ ਮੰਗ ਕਿਹਾ ਸਿੱਧੂ ਰੰਦਾਵਾ ਬਾਜਵਾ ਤੇ ਵਿਡਿੰਗ ਨੂੰ ਤਾਰੋ ਚੋਣ ਮੈਦਾਨ ਚ ਬੀਬੀ ਜਾਗੀਰ ਕੋਰ ਵੀ ਹੁਣ ਅਕਾਲੀ ਦਲ ਦੇ ਪਲੜੇ ਤੇ ਪਰਨੀਤ ਕੋਰ ਦੀ ਬੀਜਪੀ ਟੂ ਐਂਟਰੀ ਪਟਿਆਲਾ ਤੋਂ ਮਿਲ ਸਕਦੀ ਟਿਕਟ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਲਈ ਵੱਡੇ ਵਿਰੋਧੀ ਮੰਨੇ ਜਾਣ ਵਾਲੇ ਜੋ ਬਾਈਡਨ ਅਤੇ ਡੋਨਲਡ 트੍ਰੰਪ ਇੱਕ ਵਾਰ ਫਿਰ ਆਮੋਜ ਸਾਹਮਣੇ ਹੋਣਗੇ। ਅਜਿਹਾ ਇਸ ਲਈ ਕਿਉਂਕਿ ਬੁੱਧਵਾਰ ਯਾਨੀ ਕਿ 13 ਮਾਰਚ 2024 ਨੂੰ ਇਨ੍ਹਾਂ ਦੋਵਾਂ ਦਿਗਜਾਂ ਨੇ ਆਪੋ ਆਪਣੀਆਂ ਪਾਰਟੀਆਂ ਦੀਆਂ ਪ੍ਰਾਈਮਰੀ ਚੋਣਾਂ ਜਿੱਤ ਕੇ ਲਗਭਗ ਆਪਣੀ ਦਾਵੇਦਾਰੀ ਪੱਕੀ ਕਰ ਲਈ ਹੈ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਜੋਗੀ 81 ਸਾਲ ਦੇ ਨੇ ਵਾਸ਼ਿੰਗਟਨ ਵਿੱਚ ਡੈਮੋਕ੍ਰੈਟਿਕ ਪ੍ਰਾਈਮਰੀ ਚੋਣ ਜਿੱਤੀ ਜਦਕਿ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਜੋ ਕਿ 70 ਸਾਲ ਦੇ ਨੇ ਰਿਪਬਲਿਕਨ ਪ੍ਰਾਈਮਰੀ ਚੋਣ ਜਿੱਤੀ ਹੈ ਅਮਰੀਕੀ ਨਿਊਜ਼ ਵੈਬਸਾਈਟ ਕੇਬਲ ਨਿਊਜ਼ ਦੇ ਰੀਪੋਰਟ ਮੁਤਾਬਿਕ ਜੋ ਬਾਈਡਨ ਨੂੰ ਡੈਮੋਕ੍ਰੈਟਿਕ ਡੈਲੀਗੇਟਾਂ ਚ 2099 ਵੋਟਾਂ ਮਿਲੀਆਂ ਹਨ ਜੇਸਨ ਪਾਮਰ ਨੂੰ 3 ਅਤੇ ਹੋਰਾਂ ਨੂੰ 20 ਵੋਟਾਂ ਮਿਲੀਆਂ ਭਾਵ ਜੋ ਬਾਈਡਨ 2000 79 ਵੋਟਾਂ ਨਾਲ ਲੱਗੇ ਰਹੇ ਰਿਪਬਲਿਕਨ ਬਾਉਂਡ ਡੈਲੀਗੇਟਾਂ ਦੀ ਗੱਲ ਕਰੀਏ ਤਾਂ ਡੋਲਰ ਟਰੰਪ ਨੂੰ 1228 ਵੋਟਾਂ ਮਿਲੀਆਂ ਜਦਕਿ ਨਿੱਕੀ ਹੈਲੀ ਨੂੰ 91 ਰੋਨ ਡਿਸੈਂਟਿਸ ਨੂੰ 9 ਅਤੇ ਵਿਵੇਕ ਰਾਮਾ ਸੁਆਮੀ ਨੂੰ ਸਿਰਫ 3 ਵੋਟਾਂ ਮਿਲੀਆਂ ਅਜਿਹੇ ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਇਸ ਦੌੜ 'ਚ 1137 ਵੋਟਾਂ ਨਾਲ ਅੱਗੇ ਨਿਕਲ ਗਏ हरियाणा ਦੇ ਸਾਬਕਾ ਮੁੱਖ ਮੰਤਰੀ ਮਨੋਹਰ لال ਖੱਟਲ ਨੇ ਵਿਧਾਨ ਸਭਾ ਦੀ ਵਿਧਾਇਕੀ ਤੋਂ ਵੀ ਅਸਤੀਫਾ ਦੇ ਦਿੱਤਾ ਹੈ ਇੱਕ ਦਿਨ ਪਹਿਲਾਂ ਹੀ ਉਹਨਾਂ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਦੱਸਣਯੋਗ ਹੈ ਕਿ ਅਸਤੀਫਾ ਦੇਣ ਤੋਂ ਪਹਿਲਾਂ ਤੱਕ ਖੱਟੜ ਕਰਨਾਲ ਵਿਧਾਨ ਸਭਾ ਸੀਟ ਤੋਂ ਵਿਧਾਇਕ ਸਨ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਨੇ ਕਿਹਾ ਜੋ ਵੀ ਮੇਰੀ ਨਵੀਂ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ ਉਹ ਵੀ ਸਹੀ ਢੰਗ ਨਾਲ ਪੂਰੀ ਕਰਾਂਗੇ ਦਸਨੀਯੋਗ ਹੈ ਕਿ ਖੱਟੜ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਕਰਨਾਲ ਸੀਟ ਤੋਂ ਨਵੇਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜ਼ੀਮਨੀ ਚੋਣ ਲੜਨਗੇ ਫਿਲਹਾਲ ਉਹ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਹਨ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਹਾਲੇ ਤੱਕ ਉਮੀਦਵਾਰ ਤੈਅ ਨਹੀਂ ਹੋ ਪਾਏ ਇਸ ਦਰਮਿਆਨ ਜਲੰਧਰ ਕੈਂਟ ਤੋਂ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਹਾਈ ਕਮਾਂਡ ਅੱਗੇ ਮੰਗ ਰੱਖੀ ਹੈ ਕਿ ਸੂਬੇ ਦੇ ਵੱਡੇ ਲੀਡਰਾਂ ਨੂੰ ਚੋਣ ਮੈਦਾਨ ਚ ਉਤਾਰਿਆ ਜਾਵੇ ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜੀ ਵਿਰੋਧੀ ਟੀਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਅਤੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਲੋਕ ਸਭਾ ਲਈ ਉਮੀਦਵਾਰ ਬਣਾਉਣਾ ਚਾਹੀਦਾ ਹੈ ਪ੍ਰਗਟ ਸਿੰਘ ਕਿ ਆਗੇ ਜੋ ਲੋਕ ਲੰਗੋਟ ਪਾ ਕੇ ਅਖਾੜੇ ਦੇ ਬਾਹਰ ਕੁੰਦੇ ਰਹਿੰਦੇ ਹਨ ਉਹਨਾਂ ਨੂੰ ਲੋਕ ਸਭਾ ਚੋਣਾਂ ਵਿੱਚ ਮੈਦਾਨ ਵਿੱਚ ਉਤਾਰਿਆ ਜਾਣਾ ਚਾਹੀਦਾ ਹੈ ਵਰਗਤ ਸਿੰਘ ਤੋਂ ਪੁੱਛਿਆ ਗਿਆ ਹੈ ਕਿ ਉਹ ਲੋਕ ਸਭਾ ਚੋਣਾਂ ਲੜਨ ਦੇ ਲਈ ਤਿਆਰ ਹਨ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਹਾਈ ਕਮਾਂਡ ਨੇ ਵੀ ਪੁੱਛਿਆ ਸੀ ਜਿਸ ਦੇ ਜਵਾਬ ਵਿੱਚ ਮੈਂ ਹਾਈ ਕਮਾਂਡ ਨੂੰ ਕਿਹਾ ਹੈ ਕਿ ਮੈਂ ਤਿਆਰ ਹਾਂ ਪੰਜਾਬ ਵਿੱਚ ਜਿੱਤੋਂ ਮਰਜ਼ੀ ਟਿਕਟ ਦਿੱਤੀ ਜਾਵੇ ਕਾਂਗਰਸ ਹਾਈ ਕਮਾਂਡ ਨੇ ਅਜੇ ਤੱਕ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ ਇਸ ਦੌਰਾਨ ਸੋਮਵਾਰ ਨੂੰ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਵਾਜਵਾ ਨੇ ਵਿਧਾਨ ਸਭਾ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਉਹ ਪੰਜਾਬ ਦੀ ਕਿਸੇ ਵੀ ਸੀਟ ਤੋਂ ਲੋਕ ਸਭਾ ਚੋਣ ਲੜਦੇ ਹਨ ਤਾਂ ਉਹ ਉਹਨਾਂ ਦੇ ਖਿਲਾਫ ਚੋਣ ਲੜਨਗੇ ਯੋਯੋ ਲੋਕ ਸਭਾ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਦੇ ਤੋੜ ਵਿਛੋੜੇ ਹੋ ਰਹੇ ਹਨ ਉੱਥੇ ਪਾਰਟੀ ਆਗੂਆ ਵੱਲੋਂ ਕੁਝ ਪੁਰਾਣੇ ਰੁੱਸੇ ਹੋਏ ਵਰਕਰਾਂ ਨੂੰ ਦੁਬਾਰਾ ਗਲਾਵੇ ਵਿੱਚ ਲਿਆ ਜਾ ਰਿਹਾ ਹੈ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਪੰਜਾਬ ਦੀ ਸਾਬਕਾ ਮੰਤਰੀ ਬੀਬੀ ਜਗੀਰ ਕੌਰ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਕਾਲੀ ਦਾਲ ਤੋਂ ਵੱਖਹੀ ਗਈ ਸੀ ਉਸਨੂੰ ਵੀ ਦੁਬਾਰਾ ਪਾਰਟੀ ਵਿੱਚ ਲਿਆਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਮਿਲੀ ਸੂਚਨਾ ਅਨੁਸਾਰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਅਕਬੀਰ ਸਿੰਘ ਬਾਦਲ ਜਲਦੀ ਬੇਗੋਵਾਲ ਵਿੱਚ ਡੇਰਾ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਵਿੱਚ ਪਹੁੰਚ ਕੇ ਬੀਬੀ ਜਗੀਰ ਕੌਰ ਨੂੰ ਮੁੜ ਸ਼੍ਰੋਮਣੀ ਕਾਲੀ ਦਲ ਵਿੱਚ ਸ਼ਾਮਲ ਕਰਨਗੇ ਇਸ ਦੌਰਾਨ ਉਹਨਾਂ ਨਾਲ ਹੋਰ ਵੀ ਆਗੂ ਵਿਸ਼ੇਸ਼ ਤੌਰ ਤੇ ਬੀਬੀ ਜਗੀਰ ਕੌਰ ਕੋਲ ਪਹੁੰਚ ਰਹੇ ਹਨ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੁਝ ਹੋਰ ਆਗੂ ਜਿਹੜੇ ਕਿ ਸ਼੍ਰੋਮਣੀ ਕਾਲੀ ਦਲ ਤੋਂ ਰੁੱਸ ਕੇ ਵੱਖ ਹੋ ਗਏ ਸਨ ਉਹ ਵਾਪਸ ਪਰਤ ਆਏ ਹਨ ਜਿਨ੍ਹਾਂ ਵਿੱਚ ਸੁਖਦੇਵ ਸਿੰਘ ਢਿੰਸਾ ਅਤੇ ਬਿੰਦਰ ਸਿੰਘ ਟਿੰਸਾਵੀ ਪਿਛਲੇ ਦਿਨੀ ਆਪਣਾ ਦਲ ਪੰਗ ਕਰਕੇ ਵਾਪਸ ਸ਼੍ਰੋਮਣੀ ਕਾਲੀ ਦਲ ਵਿੱਚ ਸ਼ਾਮਲ ਹੋਏ ਹਨ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦਾ ਸਿਆਸੀ ਪਾਰਾ ਚੜਦਾ ਜਾ ਰਿਹਾ ਹੈ विरवानु पटियाला ਤੋਂ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੋਰ ਪਾਜਪਾ ਵਿੱਚ ਸ਼ਾਮਲ ਹੋ ਗਏ ਹਨ ਇਹ ਵੀ ਚਲਚਾ ਹੈ ਕਿ ਪਾਜਪਾ ਵੱਲੋਂ ਪਟਿਆਲਾ ਲੋਕ ਸਭਾ ਹਲਕੇ ਤੋਂ ਪਰਨੀਤ ਕੋਰ ਨੂੰ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ ਬੇਸ਼ੱਕ ਚਰਚਾ ਇਹ ਵੀ ਹੈ ਕਿ ਪਟਿਆਲਾ ਤੋਂ ਕੈਪਟਨ ਦੀ ਬੇਟੀ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਪਰ ਭਾਜਪਾ ਨੂੰ ਲੱਗਦਾ ਹੈ ਕਿ 79 ਸਾਲ ਪਰਨੀਤ ਕੋਰ ਪਟਿਆਲਾ ਤੋਂ ਮਜ਼ਬੂਤ ਉਮੀਦਵਾਰ ਹਨ ਉਹਨਾਂ ਦੀ ਪਟਿਆਲਾ ਵਿੱਚ ਚੰਗੀ ਪਕੜ ਹੈ ਤੇ ਪਿਛਲੇ ਦਿਨਾਂ ਤੋਂ ਕਾਫੀ ਐਕਟਿਵ ਵੀ ਨਜ਼ਰ ਆ ਰਹੇ ਹਨ ਦੱਸ ਦਈਏ ਕਿ ਕਾਂਗਰਸ ਸੋ ਦੂਰੀ ਬਣਾ ਕੇ ਰੱਖ ਰਹੀ ਪਰਨੀਤ ਕੋਰ ਬਾਰੇ ਪਾਰਟੀ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਉਹ ਇਸ ਵਾਰ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਬਦਲੇਗੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਿੰਦਰ ਸਿੰਘ ਰਾਜਵੜਿੰਗ ਨੇ ਇੱਕ ਮੀਟਿੰਗ ਦੌਰਾਨ ਇਸ ਗੱਲ ਦਾ ਪ੍ਰਗਟਾਵਾ ਕੀਤਾ ਸੀ ਇਸ ਤੋਂ ਬਾਅਦ ਬਨੀਤ ਕੋਰ ਦੇ ਪਾਜਪਾ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ ਪਰਨੀਤ ਕੋਰ ਨੂੰ ਕਾਂਗਰਸ ਪਾਰਟੀ ਤੋਂ ਮੁਅਤਲ ਕਰ ਦਿੱਤਾ ਗਿਆ ਸੀ ਅਸਮ ਦੇ ਡਿਬਰੂਗੜ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਮੁਖੀ ਅਮਿਤਪਾਲ ਸਿੰਘ ਅਤੇ ਉਸ ਦੇ 11 ਸਾਥੀ 16 ਫਰਵਰੀ ਤੋਂ ਪੁਖੜਤਾਲ ਤੇ ਬੈਠੇ ਹੋਏ ਹਨ ਜਿਸ ਨੂੰ ਦੇਖਦੇ ਸ੍ਰੀ ਅਕਾਲ ਤਖਤ ਸਾਈ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਜੋ ਇਹਨਾਂ ਸਿੰਗਾਦੀ ਮੰਗ ਨੂੰ ਸਰਕਾਰ ਤੱਕ ਪਹੁੰਚਾਵੇਗੀ ਇਸ ਤਹਿਤ ਸ੍ਰੀ ਅਕਾਲ ਤਖਤ ਸਾਈ ਵੱਲੋਂ ਬਣਾਈ ਗਈ ਸਬ ਕਮੇਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੀਸਰੀ ਵਾਰ ਪੱਤਰ ਪੇਜ ਕੇ ਮੁਲਾਕਾਤ ਲਈ ਸਮਾਂ ਮੰਗਿਆ ਇਸ ਤੋਂ ਪਹਿਲਾਂ ਕਮੇਟੀ ਦੋ ਵਾਰ ਚਿੱਠੀ ਲਿਖ ਚੁੱਕੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਅਰਮਿਤਪਾਲ ਮਾਮਲੇ 'ਚ ਗੱਲਬਾਤ ਕੀਤੀ ਜਾ ਸਕੇ ਪਰ ਹਾਲੇ ਤੱਕ ਸੀਐਮ ਮਾਨ ਨੇ ਕਮੇਟੀ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਇਹ ਯਾਦ ਪੱਤਰ ਮੁੱਖ ਮੰਤਰੀ ਉਹਨਾਂ ਦੇ ਦਫ਼ਤਰ ਅਤੇ ਵਿਸ਼ੇਸ਼ ਵੈੱਬਸਾਈਟਾਂ ਤੇ ਭੇਜਿਆ ਗਿਆ ਹੈ ਪਹਿਲਾਂ ਸਬ ਕਮੇਟੀ ਵੱਲੋਂ ਮੁੱਖ ਮੰਤਰੀ ਨੂੰ ਦੋ ਯਾਦ ਪੱਤਰ ਭੇਜੇ ਜਾ ਚੁੱਕੇ ਹਨ ਪਰ ਹੁਣ ਤੱਕ ਇਸ ਸਬੰਧੀ ਕੋਈ ਹੁੰਗਾਰਾ ਨਹੀਂ ਆਇਆ ਪੱਤਰ ਵਿੱਚ ਅਪੀਲ ਕੀਤੀ ਗਈ ਸੀ ਕਿ ਡਿਬਰੂਗੜ੍ਹ ਜੇਲ੍ਹ ਚੋਂ ਭਾਈ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਦੇ ਮਾਮਲੇ ਨੂੰ ਵਿਚਾਰਨ ਲਈ ਸਬ ਕਮੇਟੀ ਨੂੰ ਮੁਲਾਕਾਤ ਲਈ 13 ਮਾਰਚ ਤੱਕ ਸਮਾਂ ਦਿੱਤਾ ਜਾਵੇ। ਅਮਰਿਤਪਾਲ ਸਿੰਘ ਤੇ ਡਿਬਰੂਗੜ ਜੇਲ੍ਹ ਦੇ ਸਾਬੂ ਨਜ਼ਰਬੰਦ ਸਿੰਘਾ ਨਾਲ ਜੇਲ੍ਹ ਵਿੱਚ ਹੋਏ ਮਨੁੱਖੀ ਅਧਿਕਾਰਾਂ ਤੇ ਨਿੱਜਤਾ ਦੇ ਅਧਿਕਾਰ ਦੇ ਹਨਨ ਅਤੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਵੋਨ ਸੰਬੰਧੀ ਉਹਨਾਂ ਦੀ ਮੰਗ ਸੰਬੰਧੀ ਸਰਕਾਰ ਨਾਲ ਰਾਤਤਾ ਕਰਨ ਦੀ ਕਾਰਵਾਈ ਲਈ ਸਿਰਕਾਇਤ ਤਖਤ ਸਾਹਿਬ ਨੇ 6 ਮਾਰਚ ਨੂੰ 6 ਮੈਂਬਰੀ ਸਬ ਕਮੇਟੀ ਦਾ ਗਠਨ ਕੀਤਾ। ਪੰਜਾਬ ਚ ਰਾਜ ਚੋਣ ਕਮਿਸ਼ਨ ਵੱਲੋਂ ਕਰਵਾਈ ਜਾਣ ਵਾਲੀ ਚੋਣ ਚ ਡਿਊਟੀਆਂ ਲਈ ਸਟਾਫ ਦੀ ਲੋੜ ਨੂੰ ਪੂਰਾ ਕਰਨ ਲਈ ਪੰਜਾਬ ਵਿਧਾਨ ਸਭਾ ਚ ਪੰਜਾਬ ਰਾਜ ਚੋਣ ਕਮਿਸ਼ਨ ਬਿਲ 2024 ਨੂੰ ਮਨਜ਼ੂਰੀ ਦਿੱਤੀ ਗਈ ਹੈ ਬਿਲ ਦੇ ਪਾਸ ਹੋਣ ਤੋਂ ਬਾਅਦ ਰਾਜ ਚ ਮਿਊਨਿਸਪਲ ਤੇ ਪੰਚਾਇਤੀ ਚੋਣਾਂ ਦੌਰਾਨ ਸਰਕਾਰੀ ਯੂਨੀਵਰਸਿਟੀਆਂ ਸਰਕਾਰੀ ਅਦਾਰਿਆਂ ਤੇ ਜ਼ਿਲ੍ਹਾ ਪੱਧਰ ਤੇ ਕੇਂਦਰ ਜਾਂ ਰਾਜ ਸਰਕਾਰ ਵੱਲੋਂ ਫੰਡ ਪ੍ਰਾਪਤ ਸੰਸਥਾਵਾਂ ਦੇ ਕਰਮਚਾਰੀ ਡਿਊਟੀ ਤੇ ਲਗਾਏ ਜਾਣਗੇ ਹੋਰ ਪੰਚਾਇਤ ਅਤੇ ਨਿਗਮ ਚੋਣ ਡਿਊਟੀ ਦੀ ਜ਼ਿੰਮੇਵਾਰੀ ਯੂਨੀਵਰਸਿਟੀਆਂ ਦੇ ਕਾਰੀ ਅਦਾਰਿਆਂ ਦੇ ਮੁਲਾਜ਼ਮਾਂ ਤੇ ਆ ਗਈ ਹੈ ਮੰਗਲਵਾਰ ਨੂੰ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਥੇਰ ਨੇ ਵਿਧਾਨ ਸਭਾ ਚ ਸੋਧ ਬਿੱਲ ਪੇਸ਼ ਕੀਤਾ ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਲੋਕ ਸਭਾ ਚੋਣਾਂ ਦੇ ਐਲਾਨ ਹੋਣ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਗੜਸ਼ੰਕਰ ਤੋਂ ਉੱਗੇ ਕਾਂਗਰਸੀ ਆਗੂ ਤੇ ਮੌਜੂਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੌਧਰੀ ਨਰੇਸ਼ ਕੁਟਾਰੀਆ ਆਮ ਆਦੀ ਪਾਰਟੀ 'ਚ ਸ਼ਾਮਲ ਹੋ ਗਏ। ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਏ ਨਵੇਂ ਸਾਥੀ ਦਾ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਗੁਰਮੀਤ ਸਿੰਘ ਖੁੱਡੀਆਂ ਐਡਵੋਕੇਟ ਕਰਮਜੀਤ ਸਿੰਘ ਘੁੰਮਣ, ਐਮ.ਐਲ.ਏ ਜੀਵਨ ਸਿੰਘ ਸੰਗੋਵਾਲ, ਐਮ.ਐਲ.ਏ ਦਲਜੀਤ ਸਿੰਘ ਵਾਲ ਐਮ ਐਲ اے ਰੁਪਿੰਦਰ ਸਿੰਘ ਐਮ ਐਲ اے ਹਰਦੀਪ ਸਿੰਘ ਮੁੰਡੀਆਂ ਐਮ ਐਲ اے ਸਰਦਾਰ ਜਸਵੀਰ ਸਿੰਘ ਰਾਜਾ ਐਮ ਐਲ اے ਮੌਜੂਦਾ ਸਨ ਮੌਜੂਦ ਰਹੇ ਸਨ ਕਟਾਰੀ ਅਨੇ ਪੰਜਾਬ ਵਿੱਚ ਹੋ ਰਹੇ ਵਿਕਾਸ ਕਾਰਜਾਂ ਦੇਖਦਿਆਂ ਆਵਾਦੀ ਪਾਰਟੀ ਅਤੇ ਹਲਕਾ ਵਿਦਾਇਕ ਸ੍ਰੀ ਜੈਕ੍ਰਿਸ਼ਨ ਰੋਣੀ ਦੇ ਨਾਲ ਨਾਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਦਾ ਸ਼ਲਾਘਾ ਕੀਤੀ ਦਿੱਲੀ ਵਿੱਚ ਤਨਖਾਤ ਆਈਪੀਐਸ ਸੁਰਿੰਦਰ ਯਾਦਵ ਚੰਡੀਗੜ੍ਹ ਦੇ ਨਵੇਂ ਡੀਜੀਪੀ ਹੋਣਗੇ ਏਜੀਐਮ ਯੂਟੀ ਕੈਡਰ ਦੇ 1997 ਬੈਚ ਦੇ ਆਈਪੀਐਸ ਅਧਿਕਾਰੀ ਸੁਰਿੰਦਰ ਯਾਦਵ ਮੌਜੂਦਾ ਡੀਜੀਪੀ ਪ੍ਰਵੀਰ ਰੰਜਨ ਦੇ ਰਿਲੀਵ ਹੋਣ ਦੇ ਨਾਲ ਹੀ ਜੁਆਇਨ ਕਰਨਗੇ ਆਈਪੀਐਸ ਯਾਦਵ ਤੋਂ ਪਹਿਲਾਂ ਉਹਨਾਂ ਨੂੰ 2 ਸਾਲ ਸੀਨੀਅਰ ਵਦੂਪ तिवारी ਦੇ ਨਾਮ ਤੇ ਮੋਹਰ ਲਗਦੇ ਹੋਏ 9 ਫਰਵਰੀ ਡੀਜੀਪੀ ਚੰਡੀਗੜ੍ਹ ਨਿਯੁਕਤ ਕੀਤਾ ਗਿਆ ਸੀ ਪਰ ਮੰਗਲਵਾਰ ਨੂੰ ਗ੍ਰਹਿ ਮੰਤਰਾਲੇ ਨੇ ਪਹਿਲਾਂ ਜਾਰੀ ਕੀਤੇ ਹੁਕਮਾਂ ਨੂੰ ਰੱਦ ਕਰਦਿਆਂ ਉਹਨਾਂ ਨੂੰ ਨਵਾਂ ਡੀਜੀਪੀ ਵਜੋਂ ਨਿਯੁਕਤ ਕਰਨ ਦੇ ਹੁਕਮ ਜਾਰੀ ਕੀਤੇ ਹਨ ਆਈਪੀਐਸ ਜਿਆਦਾ ਪਹਿਲਾਂ ਆਰਥਿਕ ਅਪਰਾਧ ਵਿੰਗ ਦੇ ਵਿਸ਼ੇਸ਼ ਕਮਿਸ਼ਨਰ ਆਫ ਪੁਲਿਸ ਸਨ ਵਰਤਮਾਨ ਵਿੱਚ ਚੰਡੀਗੜ੍ਹ ਦੇ ਡੀਜੀਪੀ ਪ੍ਰਵੀਰ ਰੰਜਨ ਨੇ 19 ਅਗਸਤ 2021 ਨੂੰ ਅਹੁਦਾ ਸੰਭਾਲਿਆ ਸੀ ਗ੍ਰਹਿ ਮੰਤਰਾਲੇ ਨੇ 9 ਫਰਵਰੀ ਨੂੰ ਜਾਰੀ ਹੁਕਮਾਂ ਵਿੱਚ आईपीएस मधुपू तिवारी ਨੂੰ ਚੰਡੀਗੜ੍ਹ ਦਾ ਡੀਜੀਪੀ ਅਤੇ आईपीएस ਪ੍ਰਵੀਰ ਰੰਜਨ ਨੂੰ ਸੀਆਈਐਸਐਫ ਨੂੰ ਵਧੀਕ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਸੀ ਇਸ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਵੱਲ ਮਾਰch ਕੀਤਾ ਜਿਸ ਕਾਰਨ ਮਧੂਪਤ तिवारी ਨੇ ਜੁਆਇਨ ਨਹੀਂ ਕੀਤਾ ਹੁਣ ਗ੍ਰਹਿ ਮੰਤਰਾਲੇ ਨੇ ਨਵਾਂ ਹੁਕਮ ਜਾਰੀ ਕਰਕੇ ਸੁਰਿੰਦਰ ਯਾਦਵ ਨੂੰ ਚੰਡੀਗੜ੍ਹ ਦਾ ਡੀਜੀਪੀ ਬਣਾਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਗਾਮੀ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਲੁਧਿਆਣਾ ਪੁਲਿਸ ਲਾਈਨ ਵਿਖੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਅਤੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਵਕਤ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਤਿੰਨ ਮੁੱਖ ਨੁਕਤੇ ਅਤੇ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਸੀਐਮ ਨੇ ਸਪੱਸ਼ਟ ਕੀਤਾ ਕਿ ਚੋਣਾਂ ਵਿੱਚ ਨਸ਼ਾ ਤਸਕਰੀ ਦੀ ਸੰਭਾਵਨਾ ਹੈ। ਅਜਿਹੇ ਜਿੱਥੇ ਕਿਤੇ ਵੀ ਨਸ਼ਾ ਤਸਕਰੀ ਦਾ ਮਾਮਲਾ ਸਾਹਮਣੇ ਆਉਂਦਾ ਹੈ, ਉੱਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਫੜੇਜਾਨ ਵਾਲੇ ਨਸ਼ਾ ਤਸਕਰ ਤੇ ਪਿਸ਼ਾਖੜੀ ਇਸ ਬੰਦਾ ਦਾ ਪਤਾ ਲਗਾਇਆ ਜਾਵੇ ਤਾਂ ਜੋ ਇਨ੍ਹਾਂ ਲੋਕਾਂ ਦੀ ਚੈਨ ਆਸਾਨੀ ਦੇ ਨਾਲ ਤੋਂ ਨਹੀਂ ਜਾ ਸਕੇ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਚੋਣਾਂ ਦੇ ਲਈ ਬਾਰੋ ਵੀ ਵੱਡੀ ਗਿਣਤੀ ਵਿੱਚ ਫੋਰਸ ਪੰਜਾਬ ਆਉਣਗੇ ਇਸ ਸਥਿਤੀ ਵਿੱਚ ਬਲਾਕ ਸਥਾਪਿਤ ਕਰਨ ਵਲੇ ਕੁਝ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਹਨ ਕੋਸ਼ਿਸ਼ ਕੀਤੀ ਜਾਵੇ ਕਿ ਕਿਸੇ ਵੀ ਵਿਅਕਤੀ ਦੇ ਧਾਰਮਿਕ ਜੀਨਾਂ ਦਾ ਅਪਮਾਨ ਨਾ ਹੋਵੇ ਨਾਕਿਆ ਤੇ ਤਾਇਨਾਤ ਮਲਾਜ਼ਮਾਂ ਨੂੰ ਇਸ ਬਾਰੇ ਪਹਿਲਾਂ ਹੀ ਜਾਣੂ ਕਰਵਾਇਆ ਜਾਵੇ ਤਾਂ ਜੋ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਜੇ ਇਹ ਮਾਮਲੇ ਪਹਿਲਾਂ ਵੀ ਆ ਚੁੱਕੇ ਹਨ ਪੰਜਾਬ ਪੁਲਿਸ ਦੇ ਆਈਜੀ ਸੁਖਚੈਨ ਸਿੰਘ ਗਿੱਲੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਸਬੰਧੀ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਮੁੱਖ ਮੰਤਰੀ ਨੇ ਸਾਰੇ ਐਸਐਸਪੀਜ਼ ਅਤੇ ਕਮਿਸ਼ਨਰ ਕਮਿਸ਼ਨਰਾਂ ਨੂੰ ਇਸ ਬਾਰੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ ਹਨ ਐਸੇ ਨਾਲ ਹੀ ਹਥਿਆਰਾਂ ਦੇ ਭੰਡਾਰਨ ਅਤੇ ਹੋਰ ਚੀਜ਼ਾਂ ਨੂੰ ਲੈ ਕੇ ਰਣਨੀਤੀ ਬਣਾਈ ਗਈ ਹੈ ਪੀਓ ਅਤੇ ਹੋਰ ਸਾਰੇ ਨੀਮਾ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਉਮੀਦ ਹੈ ਕਿ ਲੋਕਾਂ ਨੂੰ ਇਸ ਦਾ ਫਾਇਦਾ ਹੋਵੇਗਾ ਪੰਜਾਬ ਦਾ ਮੌਸਮ ਇੱਕ ਵਾਰ ਫਿਰ ਤੋਂ ਕਰਵਟ ਲੈ ਰਿਹਾ ਹੈ ਮੌਸਮ ਵਿਭਾਗ ਦੀ ਤਾਜ਼ਾ ਪੁਬਿਕਵਾਨੀ ਅਨੁਸਾਰ ਕਈ ਸੂਬਿਆਂ 'ਚ ਮੌਸਮ ਵਿੱਚ ਬਦਲਾਅ ਹੋਣ ਵਾਲਾ ਹੈ। ਫਿਲਹਾਲ ਦੇਸ਼ ਦੇ ਕਈ ਹਿੱਸਿਆਂ 'ਚ ਬੇਮੌਸਮੀ ਬਾਰਿਸ਼ ਅਤੇ ਬਰਬਾਰੀ جاری ਹੈ। ਕਸ਼ਮੀਰ 'ਚ ਬਰਬਾਰੀ ਹੋਈ ਹੈ ਜਦਕਿ ਸ਼ਿਮਲਾ 'ਚ ਗੜੇਮਾਰੀ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਭਾਰਤੀ ਮੌਸਮ ਵਿਭਾਗ ਯਾਨੀ ਆਈਐਮਡੀ ਦੇ ਮੁਤਾਬਕ 13 ਮਾਰਚ ਅਤੇ 14 ਮਾਰਚ ਨੂੰ ਜੰਮੂ ਕਸ਼ਮੀਰ, ਲਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਗਰਜ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਰਬਾਰੀ ਹੋਈ। ਮੌਸਮ ਵਿਭਾਗ ਨੇ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ yellow alert ਕਾਰੀ ਕੀਤਾ ਆਈਐਮਜੀ ਮੁਤਾਬਿਕ ਪੰਜਾਬ ਦੇ ਵਿੱਚ 3 ਤੋਂ 4 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਨਾਲ ਮੀਂਹ ਪਵੇਗਾ ਵਿਭਾਗ ਦਾ ਕਹਿਣਾ ਹੈ ਕਿ ਜ਼ਿਲ੍ਹੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਵਾਂਸ਼ਹਿਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਮੋਗਾ ਲੁਧਿਆਣਾ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਸ਼ਾਮਿਲ ਹਨ ਮੌਸਮ ਵਿਭਾਗ ਅਨੁਸਾਰ ਹਰਿਆਣਾ ਵਿੱਚ ਚੰਡੀਗੜ੍ਹ ਉੱਤਰ ਪ੍ਰਦੇਸ਼ ਅਤੇ Rajasthan ਦੇ ਇਲਾਕਿਆਂ ਵਿੱਚ 13 ਮਾਰਚ ਨੂੰ ਹਲਕੀ ਬਾਰਿਸ਼ ਹੋਈ ਹੈ ਆਈਐਮਜੀ ਨੇ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ 14 ਮਾਰਚ ਤੱਕ ਹਲਕੀ ਬਾਰਿਸ਼ ਦੀ ਕਮਾਨੀ ਕੀਤੀ ਗੰਗਾ ਪਸ਼ਵੀ ਬੰਗਾਲ ਖੇਤਰ ਵਿੱਚ 13 ਮਾਰਚ ਤੋਂ 14 ਮਾਰਚ ਤੱਕ ਹਲਕੀ ਬਾਰਿਸ਼ ਦੀ ਸੰਭਾਵਨਾ ਜਾਰੀ ਰੱਖੀ ਗਈ ਹੈ ਉੱਤਪੂਰਬ ਵਿੱਚ ਅਗਲੇ 3 ਦਿਨਾਂ ਤੱਕ ਸਾਮ ਮੇਘਾਲਿਆ ਨਾਗਾਲੈਂਡ ਮਨੀਪੁਰ ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦੀ ਪਾਰਟੀ ਦੇ ਰਾਸ਼ਟਰੀ ਕਨਵੀਨ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਨਾਗਰਿਕਤਾ ਸੋਧ ਕਾਨੂੰਨ ਯਾਨੀ ਕਿ CAA ਨੂੰ ਲਾਗੂ ਕਰਨ ਦਾ ਵਿਰੋਧ ਕਰਦਿਆ ਕੇਂਦਰ ਸਰਕਾਰ ਤੇ ਤਿੱਖਾ ਹਮਲਾ ਕੀਤਾ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ 10 ਸਾਲ ਦੇਸ਼ ਦੇ ਰਾਜ ਕਰਨ ਤੋਂ ਚੋਣਾ ਮੁਕੋ ਕੇ ਕੇਂਦਰ ਸਰਕਾਰ ਸੀਏਏ ਲੈ ਕੇ ਆਈ ਹੈ ਉਹਨਾਂ ਨੇ ਕਿਹਾ ਕਿ ਅਜਿਹੇ ਸਮੇਂ ਜਦੋਂ ਗਰੀਬ ਤੇ ਮੱਧ ਵਰਗ ਮਹਿੰਗਾਈ ਕਰਨ ਜੂਝ ਰਹੇ ਹਨ ਤੇ ਬੇਰੁਜ਼ਗਾਰ ਨੌਜਵਾਨ ਰੋਜ਼ਗਾਰ ਲਈ ਠੋਕਰਾ ਕਰ ਰਹੇ ਹਨ ਉਹ ਅਸਲ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਇਹ ਲੋਕ ਸੀਏਏ ਲਿਆਏ ਹਨ ਭਾਰਤ ਸਰਕਾਰ ਦਾ ਪੈਸਾ ਪਾਕਿਸਤਾਨ ਦੇ ਲੋਕਾਂ ਤੇ ਖਰਚ ਕੀਤਾ ਜਾਵੇਗਾ। ਦੇਸ਼ 'ਚ ਕਰੀਬ 2 ਕਰੋੜ ਲੋਕ ਆਉਣਗੇ। ਭਾਜਪਾ ਵੋਟ ਬੈਂਕ ਲਈ ਅਜਿਹਾ ਕਰ ਰਹੀ ਹੈ। ਉਹਨਾਂ ਨੇ ਦਾਵਾ ਕੀਤਾ ਹੈ ਕਿ ਪਿਛਲੇ 10 ਸਾਲਾਂ ਵਿੱਚ ਉਹਨਾਂ ਦੀਆਂ ਨੀਤੀਆਂ ਅਤੇ ਅਤਿਆਚਾਰਾਂ ਤੋਂ ਤੰਗ ਆ ਕੇ 11 ਲੱਖ ਤੋਂ ਵੱਧ ਵਪਾਰੀ ਅਤੇ ਉਦਯੋਗਪਤੀ ਦੇਸ਼ ਛੱਡ ਕੇ ਚਲੇ ਗਏ। ਉਹਨਾਂ ਨੂੰ ਵਾਪਸ ਕਿਉਂ ਨਹੀਂ ਲਿਆਂਦਾ ਜਾ ਰਿਹਾ? ਉਹ ਗਵਾਂਡੀ ਦੇਸ਼ ਤੋਂ ਗਰੀਬਾਂ ਨੂੰ ਲਿਆ ਕੇ ਭਾਰਤ ਵਿੱਚ ਵਸਾਉਣਾ ਚਾਹੁੰਦੇ ਹਨ ਕਿਉਂ? ਸਿਰਫ ਆਪਣਾ ਵੋਟ ਬੈਂਕ ਬਣਾਉਣ ਦੇ ਲਈ। ਕਾਂਗਰਸ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ ਇਸ ਵਿੱਚ 43 ਨਾਂਵਾਂ ਦਾ ਐਲਾਨ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਕਾਂਗਰਸ ਨੇ 39 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ ਦੂਜੀ ਲਿਸਟ ਵਿੱਚ ਅਸਾਮ ਐਮਪੀ ਤੇ ਰਾਜਸਥਾਨ ਤੇ ਉੱਤਰਾਖੰਡ ਦੇ ਉਮੀਦਵਾਰਾਂ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ ਇਸ ਵਿੱਚ ਰਾਜਸਥਾਨ ਦੇ ਜਲੌਰ Sirohi ਸੀਟ ਤੋਂ ਸਾਬਕਾ ਸੀਐਮ ਅਸ਼ੋਕ ਗਹਿਲੋਤ ਦੇ ਪੁੱਤਰ ਵੈਭਵ ਗਹਿਲੋਤ ਨੂੰ ਟਿਕਟ ਦਿੱਤਾ ਗਿਆ ਅਸਮ ਤੋਂ 12 ਉਮੀਦਵਾਰਾਂ ਦੇ ਨਾਂ ਐਲਾਨੇ ਹਨ ਇਨਾਂ ਵਿੱਚ ਲੋਕ ਸਭਾ ਵਿੱਚ ਕਾਂਗਰਸ ਦੇ ਉਪਨੇਤਾ ਗੌਰਵ ਗੋਗੋਈ ਦਾ ਹੈ ਜੋ ਜੋਰਹਾਟ ਸੀਟ ਤੋਂ ਚੋਣ ਲੜਨਗੇ ਜਦਕੀ ਤੁਬਰੀ ਤੋਂ ਰਕੀ ਬੁੱਲ हसन ਚੋਣ ਮੈਦਾਨ ਵਿੱਚ ਉਤਰਨਗੇ ਗੁਜਰਾਤ ਤੋਂ 7 ਉਮੀਦਵਾਰਾਂ ਦੇ ਨਾਮ ਦਾ ਐਲਾਨ ਕੀਤਾ ਗਿਆ ਹੈ ਮੱਧ ਪ੍ਰਦੇਸ਼ ਤੋਂ 10 ਉਮੀਦਵਾਰ ਐਲਾਨੇ ਗਏ ਹਨ ਇਨਾਂ ਵਿੱਚ ਵੱਡਾ ਨਾਂ ਨਕੁਲਨਾਥ ਦਾ ਹੈ ਜੋ ਸ਼ਿੰਤਵਾੜਾ ਸੀਟ ਤੋਂ ਚੋਣ ਲੜਨਗੇ ਨਕੁਲਨਾਥ ਕਾਂਗਰਸ ਦੇ ਸੀਨੀਅਰ ਨੇਤਾ ਤੇ ਸੂਬੇ ਦੇ ਸਾਬਕਾ ਸੀਐਮ ਕਬਲਨਾਥ ਦੇ بیٹے ਹਨ यूपी ਦੇ ਫਿਰੋਜ਼ਾਬਾਦ ਸਥਿਤ ਇੱਕ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਉਸ ਸਮੇਂ ਹੜਕਾ ਮਚ ਗਿਆ ਜਦੋਂ ਜ਼ਿਲ੍ਹੇ ਦੀ ਮਹਿਲਾ ਐਸਡੀਐਮ ਅਚਨਚੇਤ ਨਿਰੀਖਣ ਲਈ ਪਹੁੰਚੀ ਐਸਡੀਐਮ ਮਰੀਜ਼ ਦੇ ਪੇਸ ਵਿੱਚ ਜਾਂਚ ਲਈ ਪੁੱਜੇ ਸਨ ਉਹ ਆਮ ਮਰੀਜ਼ਾਂ ਵਾਂਗ ਕੁੰਡ ਵਿੱਚ ਡਾਕਟਰ ਦੀ ਪਰਚੀ ਲੈਣ ਲਈ ਕਤਾਰ ਵਿੱਚ ਖੜੇ ਹੋ ਗਏ ਪਹਿਲਾਂ ਤਾਂ ਕੋਈ ਵੀ ਉਹਨਾਂ ਨੂੰ ਪਛਾਣ ਨਹੀਂ ਸਕਿਆ ਪਰ ਜਦੋਂ ਪਤਾ ਲੱਗਾ ਕਿ ਕੁੰਡ ਵਾਲੀ ਔਰਤ ਕੋਈ ਹੋਰ ਨਹੀਂ ਸਗੋ ਐਸਡੀਐਮ ਹੈ ਤਾਂ ਉੱਥੇ ਮੌਜੂਦ ਕਰਮਚਾਰੀ ਹੈਰਾਨ ਰਹਿ ਗਏ ਐਸਡੀਐਮ ਨੇ ਸਿਹਤ ਕੇਂਦਰ ਵਿੱਚ ਕਈ ਖਾਮੀਆਂ ਪਾਈਆਂ ਦਰਾਂ

ਸਿਹਤ ਕੇਂਦਰ ਦਾ ਗੁਪਚੁਪ ਤਰੀਕੇ ਦੇ ਨਾਲ ਚੈਕਿੰਗ ਕਰਨ ਲਈ ਪਹੁੰਚੇ ਉਹ ਆਪਣੀ ਕਾਰ ਹਸਪਤਾਲ ਤੋਂ ਬਾਹਰ ਦੂਰ ਚੜ੍ਹ ਕੇ ਕੁੰਡ ਵਿੱਚ ਮਰੀਜ਼ ਦੇ ਪੇਸ ਵਿੱਚ ਹਸਪਤਾਲ ਵਿੱਚ ਦਾਖਲ ਹੋਏ ਅਜੇ ਹਜ ਕੋਈ ਵੀ ਉਹਨਾਂ ਨੂੰ ਪਛਾਣ ਨਹੀਂ ਸਕਿਆ ਦੱਸਿਆ ਜਾ ਰਿਹਾ ਹੈ ਕਿ ਫਿਰੋਜ਼ਾਬਾਦ ਦੇ ਸਿਹਤ ਵਿਭਾਗ ਵਿੱਚ ਬੇਨੀਮਾ ਪ੍ਰਚਾਰ ਅਤੇ ਮਾੜੇ ਵਿਵਹਾਰ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਜਦੋਂ ਇਹ ਸ਼ਿਕਾਇਤਾਂ ਐਸਡੀਐਮ ਸਦਰ ਕ੍ਰਿਤੀ ਰਾਜਕਲ ਪੁਜੀਤ ਆ ਉਹਨਾਂ ਨੇ ਤੁਰੰਤ ਮਾਮਲੇ ਦਾ ਨੋਟਿਸ ਲੈਂਦਿਆਂ ਅਚੰਤ ਜੀਤ ਜਾਂਚ ਸ਼ੁਰੂ ਕਰ ਦਿੱਤੀ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਦਿਦਮਈ ਪ੍ਰਾਇਮਰੀ ਹੈਲਥ ਸੈਂਟਰ ਜੋ ਕੁੱਤੇ ਦੇ ਕਟਣ ਨਾਲ ਲਈ ਟੀਕੇ ਨਹੀਂ ਲਾਏ ਜਾ ਰਹੇ ਹਨ ਜਦੋਂ ਉਹ ਜਾਂਚ ਕਰਨ ਲਈ ਪ੍ਰਾਇਮਰੀ ਹੈਲਥ ਸੈਂਟਰ ਪਹੁੰਚੇ ਤਾਂ ਕਾਤ ਤੋਂ ਹੇਠਾਂ ਉਤਰਦਿਆ ਹੀ ਉਹਨਾਂ ਨੇ ਆਪਣੇ ਦੁਪੱਟੇ ਨਾਲ ਕੁੰਡ ਕੱਢ ਲਿਆ ਅਤੇ ਆ ਮਰੀਜ਼ਾਂ ਵਾਂਗ ਪਰਚੀ ਕਟਵਾਈ ਲੋਕਾਂ ਨਾਲ ਵੀ ਗੱਲਬਾਤ ਵੀ ਕੀਤੀ ਜਿਵੇਂ ਹੀ ਉਹ ਦਵਾਈਆਂ ਦੀ ਜਾਂਚ ਕਰਨ ਲਈ ਅੰਦਰ ਗਏ ਤਾਂ ਉਹਨਾਂ ਨੂੰ ਐਕਸਪਾਇਰੀ ਡੇਟ ਵਾਲੀਆਂ ਕਈ ਦਵਾਈਆਂ ਮਿਲੀਆਂ ਮਰੀਜ਼ਾ ਪ੍ਰਤੀ ਡਾਕਟਰਾਂ ਅਤੇ ਸਟਾਫ ਦਾ ਵਤੀਰਾ ਵੀ ਮਾੜਾ ਪਾਇਆ ਗਿਆ ਐਸਡੀਐਮ ਨੂੰ ਹਸਪਤਾਲ ਵਿੱਚ ਕਾਫੀ ਕੁਝ ਠੀਕ ਨਹੀਂ ਮਿਲਿਆ ਜਿਸ ਤੇ ਉਹਨਾਂ ਨੇ ਕਿਹਾ ਕਿ ਉਹ ਇਸ ਸਬੰਧੀ ਸਖਤ ਕਾਰਵਾਈ ਕਰਨਗੇ ਐਸਡੀਐਮ ਵੱਲੋਂ ਦੱਸਿਆ ਗਿਆ ਹੈ ਕਿ ਹਸਪਤਾਲ ਦਾ ਸਟਾਫ ਲੋਕਾਂ ਨੂੰ ਖੜੇ ਕਰਕੇ ਟੀਕੇ ਲਾ ਰਿਹਾ ਸੀ ਬੈੱਡ ਤੇ ਕਾਫੀ ਧੂੜ ਇਕੱਠੀ ਹੋਈ ਪਈ ਸੀ ਕੋਈ ਸਫਾਈ ਨਹੀਂ ਸੀ ਡਿਲੀਵਰੀ ਰੂਮ ਅਤੇ ਟਾਇਲਟ ਵਿੱਚ ਵੀ ਗੰਦ ਗੀ ਪਾਈ ਗਈ ਮੁਲਾਜ਼ਮਾ ਵਿੱਚ ਸੇਵਾ ਦੀ ਕਾਰਦੀ ਫਿਲਹਾਲ ਜਾਂਚ ਰਿਪੋਰਟ ਕਾਰਵਾਈ ਲਈ ਜ਼ਿਲ੍ਹਾ ਮੈਜਿਸਟਰੇਟ ਨੂੰ ਭੇਜੀ ਜਾ ਰਹੀ ਹੈ ਪਾਕਿਸਤਾਨੀ ਨਹੀਂ ਸਗੋਂ ਨੇਪਾਲ ਬੰਗਲਾਦੇਸ਼ ਤੇ ਅਫਗਾਨਿਸਤਾਨ ਆਦਿ ਦੇਸ਼ਾਂ ਦੇ ਦਰਜਨ ਭਾਰ ਲੋਕ ਪਾਰ ਦੇ ਨਾਗਰਿਕ ਬਣ ਕੇ ਰਹਿਣਾ ਚਾਹੁੰਦੇ ਹਨ ਇਹ ਲੋਕ ਪ੍ਰਿਆਗਰਾਜ ਡਿਵੀਜ਼ਨ ਦੇ ਚਾਰੇ ਜ਼ਿਲ੍ਹਿਆਂ ਵਿੱਚ ਰਹਿੰਦੇ ਹਨ ਇਨਾਂ ਵਿੱਚ ਬਹੁਤ ਸਾਰੀਆਂ ਔਰਤਾਂ ਹਨ ਜਿਨ੍ਹਾਂ ਨੇ ਇੱਥੇ ਨਿਕਾਹ ਹੋਇਆ ਹੈ ਇਹ ਲੋਕ ਕਈ ਸਾਲ ਪਹਿਲਾਂ ਇਸ ਲਈ ਅਪਲਾਈ ਕਰ ਚੁੱਕੇ ਹਨ ਨੇਪਾਲ ਦੀ ਔਰਤ ਦਾ ਵਿਆਹ ਪ੍ਰਿਆਗਰਾ ਸ਼ਹਿਰ ਵਿੱਚ ਹੋਇਆ ਸੀ ਉਸ ਦੇ ਪਿਤਾ ਇੱਥੇ ਕੰਮ ਕਰਦੇ ਸਨ ਇਸ ਦੌਰਾਨ ਉਹ ਆਉਂਦੇ ਜਾਂਦੇ ਰਹਿੰਦੇ ਸਨ ਉਸ ਦੇ ਪਿਤਾ ਨੇ ਇੱਥੇ ਉਸ ਦਾ ਵਿਆਹ ਕਰਵਾ ਦਿੱਤਾ ਉਹ ਕਰੀਬ ਡੇਢ ਦਹਾਕੇ ਤੋਂ ਸ਼ਹਿਰ ਵਿੱਚ ਰਹਿ ਰਹੇ ਲਈ ਹੈ ਉਸਨੇ ਭਾਰਤੀ ਨਾਗਰਿਕਤਾ ਲਈ ਅਰਜ਼ੀ ਦਿੱਤੀ ਹੈ ਉਸ ਦੀ ਫਾਈਲ ਸਰਕਾਰੀ ਪੱਧਰ ਤੱਕ ਪਹੁੰਚ ਚੁੱਕੀ ਹੈ ਹੁਣ ਇਸ Hindu ਔਰਤ ਨੂੰ CAA ਤਹਿਤ ਨਾਗਰਿਕਤਾ ਮਿਲਣ ਦੀਆਂ ਉਮੀਦਾਂ ਵੱਧ ਗਈਆਂ ਹਨ ਦੱਸਿਆ ਜਾਂਦਾ ਹੈ ਕਿ ਨੇਪਾਲ ਦੀਆਂ ਕਈ Hindu ਔਰਤਾਂ ਨੇ ਇੱਥੇ ਵਿਆਹ ਕਰਵਾ ਲਿਆ ਹੈ ਪਰ ਉਹਨਾਂ ਨੇ ਅਜੇ ਤੱਕ ਨਾਗਰਿਕਤਾ ਲਈ ਅਰਜ਼ੀ ਨਹੀਂ ਦਿੱਤੀ ਹੈ ਉਹ ਨੋ ਅਪਲਾਈ ਕਰ ਸਕਦੀਆਂ ਹਨ ਤੇ ਨਾਗਰਿਕਤਾ ਪ੍ਰਾਪਤ ਕਰ ਸਕਦੀਆਂ ਹਨ ਸਪਰੀਮ ਕੋਰਟ ਚੀਫ ਜਸਟਿਸ ਦੀ ਬਜਾਈ ਇੱਕ ਕੇਂਦਰੀ ਮੰਤਰੀ ਸਮੇਤ ਹੋਰ ਵਾਲੇ ਪੈਨਲ ਦੀ ਸਿਫਾਰਿਸ਼ ਤੇ ਚੋਣ ਕਮਿਸ਼ਨਰ ਦੀ ਨਿਯੁਕਤੀ ਕਰਨ ਦੇ ਦਸੰਬਰ 2023 ਦੇ ਕਾਨੂੰਨੀ ਉਪ ਪਬੰਧਾਂ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰੇਗਾ ਜੱਜ ਸੰਜੀਵ ਖੰਨਾ ਜੱਜ ਐਮ ਐਸ ਐਮ ਐਮ ਸੁਨਦਰੇਸ਼ ਅਤੇ ਜੱਜ ਬੇਲਾ ਐਮ ਤ੍ਰिवेदी ਦੀ ਬੈਚ ਨੇ ਬੁੱਧਵਾਰ ਨੂੰ ਪਟੀਸ਼ਨਾਂ ਦੇ ਐਡਵੋਕੇਟ ਨੂੰ ਦੱਸਿਆ ਕਿ ਸੂਚੀਬੱਧਕਰ ਸੰਬੰਧੀ ਜਾਣਕਾਰੀ ਚੀਫ ਜਸਟਿਸ ਡੀਵਾਈ ਚੰਦਰ ਚੂੜਵਾਲੋਂ ਪ੍ਰਾਪਤ ਹੋਈ ਹੈ ਅਤੇ ਮਾਮਲੇ ਨੂੰ 15 ਮਾਰਚ ਲਈ ਸੂਚੀਬੱਧ ਕੀਤਾ ਜਾਵੇਗਾ ਵਕੀਲ ਪ੍ਰਸ਼ਾਂਤ ਪੂਸ਼ਨ ਨੇ ਜੱਜ ਸੰਜੀਵ ਕੰਨਾ ਦੀ ਪ੍ਰਧਾਨਗੀ ਵਾਲੀ ਬੈਚ ਦੇ ਸਾਹਮਣੇ ਐਨਜੀਓ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਸ ਵੱਲੋਂ ਪਟੀਸ਼ਨ ਦਾ ਜ਼ਿਕਰ ਕੀਤਾ ਸੀ ਬੈਚ ਨੇ ਸ਼੍ਰੀ ਪੂਸ਼ਨ ਨੇ ਕਿਹਾ ਕਿ ਸਾਨੂੰ ਚੀਫ ਜਸਟਿਸ ਤੋਂ ਇੱਕ ਸੰਦੇਸ਼ ਮਿਲਿਆ ਹੈ ਅਸੀਂ ਇਸ ਨੂੰ ਸ਼ੁਕਰਵਾਰ ਨੂੰ ਸੂਚੀਬੱਧ ਕਰਨਗੇ ਐਡਵੋਕੇਟ ਪ੍ਰਸ਼ਾਂਤ ਪੂਸ਼ਨ ਨੇ ਮੰਗਲਵਾਰ ਨੂੰ ਜੱਜ ਕੰਨਾ ਦੀ ਪ੍ਰਧਾਨਗੀ ਵਾਲੀ ਬੈਚ ਦੇ ਸਾਹਮਣੇ ਇਸ ਮਾਮਲੇ 'ਚ ਜਲਦ ਸੁਣਵਾਈ ਕਰਨ ਦੀ ਗੋਹਾਰ ਲਗਾਈ ਸੀ ਪਟੀਸ਼ਨਾਂ ਐ ਜੀ ਆਰ ਤੋਂ ਇਲਾਵਾ ਕਾਂਗਰਸ ਨੇ ਜੀ ਆਰ ਠਾਕੁਰ ਵੱਲੋਂ ਦਾਇਰ ਕਿਤੀਆ ਗਈਆਂ ਹਨ ਰਿਟ ਪਟੀਸ਼ਨ ਚ ਨਵੇਂ ਸੋਧ ਕਾਨੂੰਨ ਦੀ ਬਜਾਏ ਅਨੂਪ ਬਰਨਵਾਲ ਮਾਮਲੇ ਚ ਸੰਵਿਧਾਨ ਬੈਂਚ ਨੇ ਨਿਰਦੇਸ਼ਾਂ ਅਨੁਸਾਰ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਕਰਨ ਦਾ ਨਿਰਦੇਸ਼ ਦੇਣ ਦੀ ਗੁਹਾਰ ਲਗਾਈ ਹਨ ਏਡੀਆਰ ਦੀ ਪਟੀਸ਼ਨ ਚ ਕਿਹਾ ਗਿਆ ਹੈ ਕਿ ਮਾਰਚ ਚ ਕਿਸੇ ਵੀ ਦਿਨ ਆਮ ਚੋਣਾਂ ਦਾ ਐਲਾਨ ਹੋਣ ਵਾਲਾ ਹੈ ਇਸ ਲਈ ਇਸ ਮਾਮਲੇ ਤੇ ਜਲਦ ਸੁਣਵਾਈ ਕੀਤੀ ਜਾਵੇ ਪਟੀਸ਼ਨ ਚ ਕਿਹਾ ਗਿਆ ਹੈ ਕਿ ਹੁਣ ਕਾਜਕਾਰੀ ਕੋਲ ਦੋ ਚੋਣ ਕਮਿਸ਼ਨਰ ਨੂੰ ਨਿਯੁਕਤ ਕਰਨ ਦੀ ਸਮਰੱਥਾ ਹੈ ਜੋ ਉਸ ਨੂੰ ਅਨੁਚਿਤ ਲਾਭ ਦੇ ਸਕਦੀ ਹੈ ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਕਰਨ ਜੋ ਚੋਣ ਕਮਿਸ਼ਨ ਦੀ ਭੂਮਿਕਾ ਮਹੱਤਵਪੂਰਨ ਹੈ ਇਸ ਲਈ ਨਿਯੁਕਤੀਆਂ ਵੀ ਨਿਰਪੱਖ ਹੋਣੀਆਂ ਚਾਹੀਦੀਆਂ ਹਨ ਕਾਂਗਰਸ ਨੇ ਜਿਆ ਠਾਕੁਰ ਬੋਲੋ ਦਾਇਰ ਪਟੀਸ਼ਨ ਚ ਕਿਹਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਦਸੰਬਰ 2023 ਚ ਲਾਗੂ ਨਵੇਂ ਕਾਨੂੰਨ ਦੇ ਪ੍ਰਬੰਧਾਂ ਅਨੁਸਾਰ ਦੋ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਨਹੀਂ ਕਰਨ ਦਾ ਨਿਰਦੇਸ਼ ਕੇਂਦਰ ਸਰਕਾਰ ਨੂੰ ਦੇਣ ਦੀ ਗੁਹਾਰ ਲਗਾਈ ਗਈ ਹੈ ਦੇਸ਼ ਲੋਕ ਸਭਾ ਚੋਣਾਂ ਨੇੜੇ ਹਨ ਅਜੇ ਹਿਚ ਮੁੱਖ ਵਿਰੋਧੀ ਪਾਰਟੀ ਕਾਂਗਰਸ ਜਨਤਾ ਨੂੰ ਲਬਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਔਰਤਾ ਲਈ ਵੱਡਾ ਐਲਾਨ ਕੀਤਾ ਹੈ ਕਾਂਗਰਸ ਪਾਰਟੀ ਨੇ ਬੁੱਧਵਾਰ ਨੂੰ ਨਾਰੀ ਨਿਆਏ ਯੋਜਨਾ ਤਹਿਤ ਪੰਜ ਗਰੰਟੀਆਂ ਦਾ ਐਲਾਨ ਕੀਤਾ ਔਰਤਾ ਲਈ ਪੰਜ ਗਰੰਟੀਆਂ ਤਹਿਤ ਕਾਂਗਰਸ ਦੇਸ਼ ਵਿੱਚ ਔਰਤਾ ਲਈ ਨਵਾਂ এজেন্ডਾ ਤਿਆਰ ਕਰਨ ਜਾ ਰਹੀ ਹੈ ਕਾਂਗਰਸ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹਦੀ ਸਰਕਾਰ ਬਣੀ ਤਾਂ ਉਹ ਔਰਤਾ ਲਈ ਅੱਜ ਜਾਰੀ ਗਰੰਟੀ ਨੂੰ ਵੀ ਲਾਗੂ ਕਰੇਗੀ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਮਹਿਲਾ ਨਿਆਂ ਦੀ ਗਾਰੰਟੀ ਜਾਰੀ ਕੀਤੀ ਹੈ ਮਹਿਲਾ ਨਿਆਂ ਗਾਰੰਟੀ ਦੇ ਤਹਿਤ ਪੰਜ ਕੋਸ਼ਨਾਵਾਂ ਕੀਤੀਆਂ ਗਈਆਂ ਹਨ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਕਿਹਾ ਕਿ ਨਾਰੀ ਨਿਆਂ ਗਾਰੰਟੀ ਯੋਜਨਾ ਦੇ ਤਹਿਤ ਪਹਿਲਾ ਕੋਸ਼ਨਾ ਮਹਾਲਕਸ਼ਮੀ ਗਾਰੰਟੀ ਹੈ ਇਸ ਤਹਿਤ ਹਰ ਗਰੀਬ ਪਰਿਵਾਰ ਦੀ ਹਰ ਔਰਤ ਨੂੰ ਸਾਲਾਨਾ 1 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ ਦੂਜਾ ਐਲਾਨ ਅੱਧੀ ਆਬਾਦੀ ਨੂੰ ਪੂਰਾ ਅਧਿਕਾਰ ਹੈ ਇਸ ਤਹਿਤ ਕੇਂਦਰ ਸਰਕਾਰ ਦੇ ਪੱਧਰ ਤੇ ਹੋਣ ਵਾਲੀਆਂ ਨਵੀਆਂ ਪੜਤੀਆਂ 'ਚ ਅਧਿਤ ਵੱਧ ਦਾ ਅਧਿਕਾਰ ਔਰਤਾਂ ਨੂੰ ਹੋਵੇਗਾ। ਮਲਿਕਾ ਅਰਜਨ ਕੜਗੇ ਨੇ ਕਿਹਾ ਕਿ ਤੀਸਰਾ ਐਲਾਨ ਸੱਤਾ ਦਾ ਸਨਮਾਨ ਹੈ। ਇਸ ਤਹਿਤ ਅੰਗਨਵਾੜੀ, ਆਸ਼ਾ ਅਤੇ ਮਿੱਡ-ਡੇ ਮਿਲ ਵਰਕਰਾਂ ਦੀ ਮਹੀਨਾਵਾਰ ਆਮਦਨ ਵਿੱਚ ਕੇਂਦਰ ਸਰਕਾਰ ਦਾ ਯੋਗਦਾਨ ਦੁੱਗਣਾ ਕੀਤਾ ਜਾਵੇਗਾ। ਚੌਥਾ ਐਲਾਨ ਅਧਿਕਾਰ ਮਿੱਤਰ ਹੈ ਇਸ ਤਹਿ ਤੌਰ ਤੇ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਹਰ ਪੰਚਾਇਤ ਵਿੱਚ ਇੱਕ ਪੈਰਾ ਲੀਗਲ ਨਿਯੁਕਤ ਕੀਤਾ ਜਾਵੇਗਾ ਉਹਨਾਂ ਦੇ ਅਧਿਕਾਰ ਅਤੇ ਉਹਨਾਂ ਦੀ ਮਦਦ ਕਰੋ ਪੰਜਵਾਂ ਐਲਾਨ ਸਵਿੱਤਰੀ ਬਾਈ ਫੁੱਲੇ ਹੋਸਟਲ ਹੈ ਪਾਰ ਸਰਕਾਰ ਜ਼ਿਲ੍ਹਾ ਹੈੱਡਕੁਆਟਰ ਦੇ ਕਾਮਕਾਜੀ ਔਰਤਾਂ ਲਈ ਕਟੋਕਟ ਇੱਕ ਹੋਸਟਲ ਦਾ ਨਿਰਮਾਣ ਕਰੇਗੀ ਦੇਸ਼ ਭਰ ਵਿੱਚ ਇਹਨਾਂ ਹੋਸਟਲਾਂ ਦੀ ਗਿਣਤੀ ਦੁੱਗਣੀ ਕੀਤੀ ਜਾਵੇਗੀ ਇਹ ਸੰਜੀ ਅੱਜ ਦੀਆਂ ਕੁਝ ਖਾਸ ਸੇ ਚੌਨਵੀਆ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮਿਲ ਯੂਐਸਟੀਵੀ ਦੇ ਨਾਲ